ਅਸੀਂ ਜੀ ਉਰੇ ਸਿੰਭੂ ਬਾਰਡਰ ਤੇ ਆਏ ਤੇ ਜੀ ਦੂਜੇ ਧਰਨੇ ਦੂਜੇ ਉਹਤੇ ਗਏ ਤੇ ਟੈਂਟਾਂ ਕੋਲੇ ਜੀ ਜਿੱਥੇ ਆਪਣੇ ਬਾਬੇ ਬੈਠੇ ਨੇ ਜਿੱਥੇ ਘੋੜਾ ਮਰਿਆ ਸੀਗਾ ਬਾਬੇ ਦਾ ਜੀ ਉੱਥੇ ਗਏ ਤੇ ਅੱਗੇ ਕਹਿੰਦੇ ਲੜਾਈ ਹੋ ਗਈ ਸਾਨੂੰ ਅੱਗੇ ਲੈ ਗਏ ਜੀ ਲੈ ਕੇ ਜਾ ਕੇ ਕਹਿੰਦੇ ਅੱਗੇ ਹੋ ਗਈ ਜਿਹੜੇ ਆਪਣੇ ਦਿੱਲੀ ਵਾਲੇ ਬੰਦੇ ਤੇ ਗਏ ਉਹਨਾਂ ਨੂੰ ਤਾਂ ਛੱਡੀ ਗਏ ਜਿਹੜੇ ਸੋਨੀਪਤ ਹੋ ਗਿਆ ਜਿਵੇਂ ਬਾਂਗਲੂ ਹੋ ਗਏ ਆਪਣੇ ਹਰਿਆਣੇ ਵਾਲੇ ਬਾਈ ਅਤੇ ਪੰਜਾਬ ਵਾਲੇ ਉਹਨਾਂ ਨੂੰ ਫੜ ਫੜ ਕੇ ਅੰਦਰ ਕਰੀ ਗਏ ਕਮਰੇ 'ਚ 30-40 ਬੰਦੇ ਅਸੀਂ ਕਰ ਲਏ ਅਤੇ ਆਹ ਵੀ ਬਾਈ ਨਾਲ ਤੀ ਆ ਹੋਰ ਬੰਦੇ ਵੀ ਸੁੱਟ ਕੇ ਵੱਗ ਗਏ ਅਤੇ ਸਾਨੂੰ ਕਿੰਨੇ ਵਜੇ ਹੋਇਆ ਸੀ ਇਹ ਸਾਰਾ ਕੁਝ ਇਹ ਬਾਈ ਹੋਇਆ ਤਿੰਨ ਵਜੇ ਦਾ ਸਾਨੂੰ ਚੱਕ ਲਿਆ ਸੀਗਾ ਕੋਈ ਇੱਕ ਫੜ ਲਿਆ ਕਿਸੇ ਨੂੰ ਦੋ ਨੂੰ ਫੜ ਲਿਆ ਐਂ ਟੋਲੀ ਬਣਾ ਕੇ ਨਹੀਂ ਕਿਸੇ ਨੂੰ ਫੜਿਆ ਜੀ ਸਿੱਧਾ ਨਰੇਲਾ ਥਾਣੇ 'ਚ ਲੈ ਕੇ ਗਏ ਜੀ ਸਾਨੂੰ ਜੀ ਨਰੇਲਾ ਰੋਡ ਬੱਤੀਆਂ ਤੇ ਉੱਥੇ ਬਣੀ ਨੀ ਹੋਈ ਅੰਦਰ ਕਮਰਾ ਆਇਆ ਜੀ ਉਹਨਾਂ ਨੇ ਐਂ ਪੂਰੀ ਪੁਲਿਸ ਖੜੀ ਸੀ ਸਿਕਿਉਰਿਟੀ ਪੂਰੀ ਜੀ ਉਹਨਾਂ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਇਕੱਲੇ ਇਕੱਲੇ ਦੇ ਮਾਰ ਮਾਰ ਡੰਡੇ ਜੀ ਸਾਰਿਆਂ ਨੂੰ ਅੰਦਰ ਬੰਦ ਕਰੀ ਗਏ ਫਿਰ ਬਾਅਦ 'ਚੋਂ ਸਾਨੂੰ ਗੱਡੀ 'ਚ ਲੈ ਕੇ ਗਏ ਤਿੰਨ ਤਿੰਨ ਬੰਦਿਆਂ ਨੂੰ ਹਾਵੀ ਭੱਜ ਨਾ ਜਾਣਾ ਪੰਜ ਪੰਜ ਪੁਲਿਸ ਵਾਲੇ ਜੀ ਨਾਲ ਡੰਡੇ ਵੀ ਨਹੀਂ ਜੀ ਗਾਲਾਂ ਵੀ ਗਾਲ ਗਲੋਚ ਵੀ ਕਰਦੇ ਤੇ ਗਏ ਹੁਣ ਮੈਂ ਦੱਸ ਕੀ ਦੱਸੋ ਜੀ ਕੁਛ ਵੀ ਨਹੀਂ ਕਰਿਆ ਸੀਗਾ ਕੱਖ ਵੀ ਨਹੀਂ ਕਰਿਆ ਤੇ ਅਸੀਂ ਜੀ ਪੂਰੇ ਖੜੇ ਤੇ ਗਏ ਸਾਨੂੰ ਕਹਿੰਦੇ ਹਾਂ ਵੀ ਆਏ ਹੋ ਗਿਆ ਨਹੀਂ ਜੀ ਮੈਂ 29 ਤਰੀਕ ਨੂੰ ਆਇਆ ਸੀਗਾ ਉਰੇ ਜੀ 28 ਨੂੰ ਆਇਆ ਸੀਗਾ 29 ਤਰੀਕ ਨੂੰ ਮੈਂ ਉਰੇ ਬਸ ਬਾਰਡਰ 'ਤੇ ਆਇਆ ਉਰੇ ਜੀ ਬਸ ਘਰੋਂ ਹੀ ਸਿੱਧਾ ਚੁੱਕਿਆ ਗਿਆ ਉਹ ਕਿੰਨੀ ਤਰੀਕ ਨੂੰ ਚੁੱਕਿਆ ਗਿਆ ਸੀ ਉਰੇ 29 ਤਰੀਕ ਨੂੰ ਚੱਕਿਆ ਜੀ ਸਾਰਾ ਮੇਰੇ ਕੋਲ ਸ਼ਾਮ ਨੂੰ ਜਿਹੜਾ ਤੁਸੀਂ ਕਹਿੰਦੇ 2-3 ਵਜੇ ਤੁਹਾਨੂੰ ਇੱਥੇ ਹਾਂ ਜੀ 2-3 ਵਜੇ ਚੱਕ ਲਏ ਅਸੀਂ ਸ਼ਾਮੀ ਆਏ ਤੇ 3-1 ਵਜੇ ਜੀ 28 ਤਰੀਕ ਨੂੰ ਉਰੇ ਅਤੇ ਰਾਤ ਕੱਟੀ ਆ ਤੜਕੀ ਫਰੈਸ਼ ਹੋ ਕੇ ਗੁਰੂ ਦਾ ਲੰਗਰ ਛਕ ਰਹੇ ਤੇ ਉੱਥੇ ਉੱਥੋਂ ਬਸ ਅੱਗੇ ਬਾਬੇ ਕਹਿੰਦੇ ਚਲੋ ਬਾਗ 'ਚੋਂ ਦੇਖ ਲਓ ਕੀ ਆ ਬੱਚਾ ਅਸੀਂ ਵੀ ਪਰਨੇ ਪੁਰਨੇ ਬੰਨ ਰੱਖੇ ਤੇ ਗਈ ਉਦੋਂ ਬਸ ਜਿਨ੍ਹਾਂ ਦੇ ਪਰਨਾ ਬੰਨਿਆ ਦੇਖ ਲਿਆ ਚੱਲ ਵੀ ਅੰਦਰ ਜਿਹੜਾ ਕੋਈ ਵੀ ਆਉਂਦਾ ਸੀਗਾ ਉਹ ਕਿਸੇ ਨੂੰ ਨਹੀਂ ਛੱਡਦੇ ਸੀਗੇ ਜਦ ਤੁਸੀਂ ਉੱਥੇ ਚਲੇ ਗਏ ਉੱਥੇ ਕੀ ਪੁੱਛਗਿੱਛ ਕੀਤੀ ਉਹਨਾਂ ਨੇ ਤੁਹਾਡੇ ਨਾਲ ਉੱਥੇ ਕੁਛ ਵੀ ਨਹੀਂ ਹਾਂ ਵੀ ਤੁਸੀਂ ਦਿੱਲੀ ਕਣੀ ਮੂੰਹ ਨਹੀਂ ਕਰੋਗੇ ਤੁਸੀਂ ਆਪਦੇ ਘਰਦਿਆਂ ਨੂੰ ਕਹੋਗੇ ਹਾਂ ਵੀ ਕਾਪੀ ਤੇ ਲਾਲ ਕਿਲਾ ਸਾਫ ਲਿਓ ਅੱਛਾ ਕੁਝ ਲਿਖ ਕੇ ਵੀ ਲਿਆ ਤੁਹਾਡੇ ਤੋਂ ਨਹੀਂ ਜੀ ਤੁਹਾਡੇ ਤੋਂ ਲਿਖ ਕੇ ਕੁਝ ਨਹੀਂ ਲਿਆ ਉਹਨਾਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਕਿੰਨੇ ਦਿਨ ਰਹੇ ਤੁਸੀਂ ਉੱਥੇ ਮੈਨੂੰ ਰਾਤ ਹੀ ਰਹਿਣਾ ਜੀ ਥਾਣੇ ਦੇ ਵਿੱਚ ਸਵੇਰੀ ਕੋਰਟ 'ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਅੱਛਾ ਜੀ ਇੱਕ ਰਾਤ ਤੁਸੀਂ ਉੱਥੇ ਰਹੇ ਉਦੋਂ ਬਾਅਦ ਕੋਰਟ 'ਚ ਪੇਸ਼ ਕੀਤਾ ਗਿਆ ਉਦੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਦੇ ਕਰਮਚਾਰੀਆਂ ਦਾ ਕੀ ਵਰਤੀਰਾ ਸੀ ਤੁਹਾਡੇ ਪ੍ਰਤੀ ਉਹਨਾਂ ਨੇ ਤਾਂ ਨਹੀਂ ਕੁਛ ਕਿਹਾ ਨਹੀਂ ਰੋਟੀ ਪਾਣੀ ਸਾਰਾ ਕੁਝ ਓਕੇ ਦੀ ਰੋਟੀ ਪਾਣੀ ਦਾ ਵਧੀਆ ਸੀ ਮਾਰ ਜਾਂ ਹੋਰ ਨਹੀਂ ਜੀ ਕਿਸਾਨਾਂ ਦੀ ਇਹ ਵਧੀਆ ਸੀ ਕਿ ਉੱਥੇ ਆਪਣੇ ਜਿਹੜੇ ਬੰਦੇ ਨੇ ਉੱਥੇ ਵੀ ਆਪਣੇ ਬੰਦੇ ਨੇ ਕਿਸਾਨ ਜੀ ਉੱਥੇ ਕੋਈ ਉਹ ਨਹੀਂ ਕਿ ਹਾਂ ਵੀ ਆਪਾਂ ਸੇਫ ਜਗ੍ਹਾ 'ਤੇ ਜਾਂਦੇ ਹਾਂ ਬੇਸ਼ੱਕ ਕਿੰਨੇ ਮਰਜ਼ੀ ਗੇਲ ਭੇਜ ਲਏ ਅਸੀਂ ਜਾਣਾ ਕਿਸਾਨ ਜਥੇਬੰਦੀਆਂ ਵੱਲੋਂ ਕੀ ਸਹਿਯੋਗ ਮਿਲਿਆ ਤੁਹਾਨੂੰ ਦੱਸੋ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚੇ ਨੇ ਕਿਹੜਾ ਰੋਲ ਅਦਾ ਕੀਤਾ ਤੁਹਾਡੇ ਲਈ ਸਾਨੂੰ ਛਡਾਉਣ ਦੇ ਵਿੱਚ ਮੇਨ ਰੋਲ ਇਹਨਾਂ ਨੇ ਅਦਾ ਕੀਤਾ ਜੀ ਬਾਹਰ ਕਢਾਉਣ ਦੇ ਵਿੱਚ ਜਿਹੜੇ ਕਿ ਸੰਯੁਕਤ ਮੋਰਚੇ ਨੇ ਆਪਣਾ ਫਰਜ਼ ਨਿਭਾਇਆ ਤੁਹਾਨੂੰ ਛਡਾਉਣ ਦੇ ਲਈ ਜੇ ਆਪਾਂ ਸਰਸਾ ਸਾਹਿਬ ਦੀ ਗੱਲ ਕਰੀਏ ਮਨਜੀਤ ਸਿੰਘ ਸਰਸਾ ਉਹ ਮਿਲੇ ਤੁਹਾਨੂੰ ਹਾਂਜੀ ਆ ਮਿਲ ਕੇ ਗਏ ਸੀ ਜਿੱਦਾਂ ਅਸੀਂ ਸਾਨੂੰ ਲੈ ਕੇ ਗਏ ਨੇ ਕੋਰਟ 'ਚ ਪੇਸ਼ ਕਰਕੇ ਉਹ ਕੋਰਟ 'ਚ ਹੀ ਪਹੁੰਚ ਗਏ ਸੀਗੇ ਉੱਥੇ ਮੇਰੇ ਕੋਈ ਗੱਲ ਨਹੀਂ ਉਹਨਾਂ ਨੇ ਕਿਹਾ ਵੀ 10 ਦਿਨਾਂ ਦੇ ਵਿੱਚ ਵੀ ਤੁਹਾਨੂੰ ਭਰਾ ਲਾਂਗੇ ਵਕੀਲ ਤੁਹਾਨੂੰ ਮਿਲੇ ਸੀਗੇ ਵਕੀਲ ਜਿਹੜੇ ਕੀਤੇ ਗਏ ਸੀਗੇ ਤੁਹਾਡੇ ਲਈ ਹਾਂਜੀ ਜੇਲ੍ਹ 'ਚ ਲੀਗਲ ਮੁਲਾਕਾਤ ਕਰਕੇ ਆਏ ਸੀਗੇ ਯਾਨੀ ਕਿ ਉੱਥੇ ਜੇਲ੍ਹ ਦੇ ਵਿੱਚ ਤੁਹਾਡੀ ਕੋਈ ਕੁੱਟ ਮਾਰਨੀ ਜਾਂ ਤੁਹਾਨੂੰ ਕੋਈ ਪਰੇਸ਼ਾਨ ਜਾਂ ਗਾਲੀ ਗਲੋਚ ਜਾਂ ਹੋਰ ਕੁਝ ਕਿਹਾ ਗਿਆ ਸਰਕਾਰ ਵੱਲੋਂ ਜੇਲ੍ਹ 'ਚ ਨਹੀਂ ਕੋਈ ਉਹ ਨਹੀਂ ਸੀਗਾ ਪਰ ਇਹਨਾਂ ਨੇ ਥਾਣੇ ਵਾਲਿਆਂ ਨੇ ਸਾਡੇ ਨਾਲ ਬੁਰੀ ਕਰੀ ਹੈ ਥਾਣੇ 'ਚ ਮਤਲਬ ਜਿੱਦਣ ਚੱਕਿਆ ਜਿੱਦਣ ਸਾਨੂੰ ਕਟਾਈ ਸ਼ੁਰੂ ਕਰ ਕਟਾਈ ਕਰੀ ਹਾਂ ਵੀ ਉਰੇ ਤੂੰ ਕੀ ਕਰਨਾ ਆ ਤੂੰ ਪੂਰਾ ਬਸ ਸਾਰੀ ਰਾਤ ਸਾਨੂੰ ਫਟਾ ਕੇ ਰੱਖਿਆ ਜੀ ਹਾਂ ਵੀ ਹੁਣ ਸੜਦਾ ਨੇ ਬਸ ਤੁਸੀਂ ਸਾਈਨ ਕਰਕੇ ਵਗ ਜਿਓ ਸਾਨੂੰ ਐਂ ਬਿਠਾ ਕੇ ਰੱਖਿਆ ਸਾਰੀ ਰਾਤ ਸਾਨੂੰ 3:30 ਵਜੇ ਰੋਟੀ ਖਵਾਈ ਉਹਨਾਂ ਨੇ ਰੋਟੀ ਵੀ ਨਹੀਂ ਪੂਰੀ ਮਿਲੀ ਜੀ ਜਿਹੜੀ ਰੋਟੀ ਉੱਥੇ ਮਿਲਦੀ ਆ ਉਹ ਕਿੱਦਾਂ ਦੀ ਮਿਲਦੀ ਆ ਖਾਣਾ ਕਿੱਦਾਂ ਦਾ ਖਾਣਾ ਦਾ 1 ਨੰਬਰ ਆ ਜੀ ਉੱਥੇ ਚੈਕਿੰਗ ਹੁੰਦੀ ਆ ਜੀ ਵਧੀਆ ਸਹੂਲਤਾਂ ਨੇ ਆਪਾਂ ਕਿਉਂਕਿ ਜੀ ਹਾਂ ਵੀ ਜੇਲ੍ਹ ਮਾੜੀ ਆ ਜੀ ਅਸੀਂ ਨੂੰ ਸਾਨੂੰ ਕਿੰਨੇ ਮਰਜ਼ੀ ਗੇਲ ਭੇਜਦੇ ਅਸੀਂ ਖੜਨ ਨੂੰ ਤਿਆਰ ਆ ਜੀ ਜਦੋਂ ਸਾਡੇ ਵੱਡੇ ਖੜੇ ਨੇ ਅਸੀਂ ਵੀ ਖੜੇ ਆ ਜੀ ਮੈਂ ਤਾਂ ਜਦੋਂ ਉਸ ਟਾਈਮ ਤੇ 28 ਤਰੀਕ ਤੇ ਦੰਗੇ ਹੋਏ ਨਾ ਤੇ ਉਸ ਟਾਈਮ ਤੇ ਉੱਥੇ ਹੈਗਾ ਵੀ ਨਹੀਂ ਮੈਂ ਉਸ ਟਾਈਮ ਤੇ ਮੈਂ ਸਿੰਘੂ ਬਾਰਡਰ ਵਾਲਾ ਹਾਂ ਸਿੰਘੂ ਹਾਂ ਤੇ ਮੇਰੀ ਲੱਤ ਦਾ ਨਾ ਰੋਡ ਪਈ ਹੋਈ ਆ ਮੈਂ ਮੈਡੀਸਿਨ ਲੈਣ ਗਿਆ ਸੀ ਨਰੇਲਾ ਚੌਂਕ ਤੋਂ ਹਾਂਜੀ 28 ਨੂੰ ਜਦੋਂ ਉਸ ਟਾਈਮ ਤੇ ਦੰਗੇ ਉਹਦੇ ਬਾਅਦ ਵਿੱਚ ਮੈਂ ਜਦੋਂ ਉੱਧਰ ਨੂੰ ਗਿਆ ਨਰੇਲਾ ਚੌਂਕ ਤੋਂ ਤੇ ਉੱਥੇ ਪੁਲਿਸ ਵਾਲੇ ਨੇ ਮੈਨੂੰ ਬੈਰੀਅਰ ਲੱਗੇ ਤੇ ਮੈਂ ਅਗਲੇ ਬੰਨੇ ਗਿਆ
ਉਹਨਾਂ ਮੈਨੂੰ ਆਵਾਜ਼ ਮਾਰੀ ਮੈਨੂੰ ਤਾਂ ਕਿੱਧਰ ਚੱਲਿਆ ਮੈਂ ਮੈਡੀਸਿਨ ਲੈਣ ਚੱਲਿਆ ਮੇਰੀ ਲੱਤ ਖਰਾਬ ਆ ਅਤੇ ਉਹਨਾਂ ਕੋਈ ਗੱਲਬਾਤ ਨਹੀਂ ਸੁਣੀ ਉਹਨਾਂ ਨੇ ਇੱਥੋਂ ਫੜਿਆ ਅਤੇ ਚੌਂਕੀ 'ਚ ਬਿਠਾ ਤਾ ਸਾਨੂੰ ਕਿੰਨੇ ਕੁ ਮੁਲਾਜ਼ਮ ਸੀਗੇ ਉਹ ਕੁਝ ਹੈਗੇ ਸੀ 25-30 ਜਾਣੇ ਹੈਗੇ ਸੀ ਨਾ 200-300 ਮੁੰਡਾ ਦੇ ਬੜਾ ਬਹੁਤ ਜ਼ਿਆਦਾ ਮੁਲਾਜ਼ਮ ਸੀ ਪਤਾ ਹੀ ਨਹੀਂ ਉਸ ਟਾਈਮ 'ਤੇ ਪਤਾ ਹੀ ਨਹੀਂ ਲੱਗਾ ਜੀ ਅਤੇ ਗੱਡੀਆਂ ਬੱਸਾਂ ਨਹੀਂ ਖੜੀਆਂ ਜਿਹੜੀਆਂ ਲੀਲੀਆਂ ਜੀ ਜਦੋਂ ਸਾਨੂੰ ਅਰੈਸਟ ਕੀਤਾ ਵਾ ਉਦੋਂ ਸਾਨੂੰ ਚੌਂਕੀ 'ਚ ਭਾਰ ਕੇ ਉਹਨਾਂ ਸਾਨੂੰ ਐਂ ਪੂਰਾ ਕੁੱਟਮਾਰ ਕੀਤੀ ਸਾਡੇ ਨਾਲ ਢਿੱਡ 'ਚ ਵੀ ਮਾਰੀਆਂ ਮੁੱਕੀਆਂ ਮੱਕੀਆਂ ਲੱਤਾਂ 'ਤੇ ਮਾਰਦੇ ਰਹੇ ਠੋਡ ਠੱਡ ਵੀ ਮਾਰੇ ਡਾਂਗਾਂ ਨਾਲ ਕੁੱਟਿਆ ਕੱਟਿਆ ਮੁੜ ਕੇ ਸ਼ਾਮਾਂ ਨੂੰ ਰਾਤ ਨੂੰ ਸਾਨੂੰ ਥਾਣੇ ਲੈ ਗਏ ਜੀ ਥਾਣੇ ਦੇ ਵਿੱਚ ਵੀ ਸਾਨੂੰ ਉਹਨਾਂ ਨੇ ਗਾਲ ਦੁੱਪੜ ਬਹੁਤ ਜ਼ਿਆਦਾ ਕੀਤਾ ਜੀ ਅਤੇ ਕਹਿੰਦੇ ਸੀਗੇ ਤੁਹਾਡੀ ਕੁਛ ਯਾਦ ਹੋਵੇ ਤੁਹਾਨੂੰ ਕਿਹਾ ਗਿਆ ਹਾਂਜੀ ਕੁੱਟਮਾਰ ਕਿੱਥੇ ਹੋਈ ਹੈ ਤੁਹਾਨੂੰ ਕਿਹਾ ਥਾਣੇ ਤੋਂ ਰਾਤ ਨੂੰ ਲੈ ਕੇ ਗਏ ਆ ਸਾਨੂੰ ਰਾਤ ਨੂੰ ਚੌਂਕੀ ਦੇ ਵਿੱਚ ਸਾਨੂੰ ਕੁੱਟਿਆ ਕੱਟਿਆ ਨਾ ਜਦੋਂ ਮੰਨ ਲਓ ਸਾਡੇ ਨਾਲ 10 ਬੰਦੇ ਵੱਖਰੇ ਸੀ ਉਹਨਾਂ ਨੂੰ ਤਾਂ ਥਾਣੇ 'ਚ ਖੜ ਕੇ ਵੱਖਰਾ ਉਹਨਾਂ ਨੂੰ ਡੰਡੇ ਡੁੰਡੇ ਮਾਰੇ ਨਾ ਪੜਿਆਂ ਦੇ ਨਾਲ ਵੀ ਉਹਨਾਂ ਨੂੰ ਕੁੱਟਿਆ ਹੋਇਆ ਥਾਣੇ ਦੇ ਵਿੱਚ ਸਾਨੂੰ ਜਿਹੜਾ ਚੌਂਕੀ ਦੇ ਵਿੱਚ ਕੁੱਟਿਆ ਹੋਇਆ ਹਾਂਜੀ ਜਿਹੜੀ ਗਾਲ ਕੱਢਦੇ ਸੀ ਉਹ ਕਿੱਦਾਂ ਦੀਆਂ ਗਾਲਾਂ ਤੁਹਾਨੂੰ ਕੱਢਦੇ ਸੀਗੇ ਮੈਂ ਜੀ ਗਾਲ ਦੱਸ ਨਹੀਂ ਸਕਦਾ ਜੀ ਗਾਲ ਤਾਂ ਬਹੁਤ ਜ਼ਿਆਦਾ ਮੰਦਾ ਹਾਲ ਸੀ ਗੰਦੀਆਂ ਗਾਲਾਂ ਕੱਢਦੇ ਸੀ ਹਾਂਜੀ ਥਾਣੇ ਵੱਖਰੇ ਕਮਰੇ 'ਚ ਬੰਦ ਕਰਕੇ ਮੁੜ ਕੇ ਦੂਸਰੇ ਕਮਰੇ 'ਚ ਲੈ ਗਏ ਆ ਉੱਥੇ ਸਾਡੇ ਸਾਈਨ ਕਰਾ ਕੇ ਸਾਡਾ ਪਰਚਾ ਕੱਟਤਾ ਜੀ ਪੁੱਛਗਿੱਛ ਸਾਡੀ ਕੋਈ ਨਹੀਂ ਕੀਤੀ ਉਹਨਾਂ ਨੇ ਸਿਰਫ ਸਿੱਧਾ ਉਹਨਾਂ ਨੇ ਪਤਾ ਹੀ ਉਦੋਂ ਲੱਗਾ ਜੋ 307 ਦਾ ਸਾਡੇ 'ਤੇ ਪਰਚਾ ਹੋ ਗਿਆ ਅਤੇ ਪਰਚਾ ਕੱਟ ਕੇ ਜੀ ਉਹਨਾਂ ਨੇ ਮੁੜ ਕੇ ਸਾਨੂੰ ਕੋਰਟ 'ਚ ਪੇਸ਼ ਕੀਤਾ ਸ਼ਾਮਾਂ ਨੂੰ 9 ਧਾਰਾਂ ਲਾਈਆਂ ਨੇ ਸਾਡੇ 'ਤੇ ਹਾਂਜੀ 9 ਧਾਰਾਂ ਲੱਗੀਆਂ 148 152 307 ਇਸ ਤਰ੍ਹਾਂ ਕਰਕੇ ਧਾਰਾਂ ਸਾਡੇ 'ਤੇ ਲੱਗੀਆਂ ਹੋਈਆਂ 9 ਧਾਰਾਂ ਨੇ ਤੁਸੀਂ ਉੱਥੇ ਅੰਦਰ ਚਲੇ ਗਏ ਉਸ ਤੋਂ ਬਾਅਦ ਦੇ ਵਿੱਚ ਕਿੰਨੇ ਚਿਰ ਬਾਅਦ ਤੁਹਾਡੇ ਨਾਲ ਸੰਪਰਕ ਬਣਾਇਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੀ ਸਾਡੇ ਵੱਲੋਂ ਜਦੋਂ ਅਸੀਂ ਕੋਰਟ ਦੇ ਵਿੱਚ ਪੇਸ਼ ਹੋਏ ਹਾਂ ਕੋਰਟ ਤੋਂ ਬਾਹਰ ਹੋਏ ਸਰਦਾਰ ਮਨਜਿੰਦਰ ਸਿੰਘ ਸਰ ਸਾਹਿਬ ਟਾਈਮ 'ਤੇ ਉੱਥੇ ਪਹੁੰਚ ਚੁੱਕਾ ਸੀ ਅਤੇ ਉਹਨਾਂ ਦੀ ਬਿਲਕੁਲ ਸਾਰੀ ਟੀਮ ਕਿਸਾਨ ਮੋਰਚੇ ਦੀ ਟੀਮ ਸਾਰੀ ਪਹੁੰਚ ਚੁੱਕੀ ਸੀ ਜਦੋਂ ਅਸੀਂ ਕੋਰਟ 'ਚੋਂ ਬਾਹਰ ਆ ਕੇ ਪੇਸ਼ ਹੋ ਗਏ ਨਾ ਅਤੇ ਬਾਹਰ ਆਏ ਮੁੜ ਕੇ ਉਹਨਾਂ ਨੇ ਜਥੇਬੰਦੀ ਨੇ ਚਲੋ ਇੰਨੀ ਉਹਨਾਂ ਮਹਾਰਾਜ ਦੀ ਕਿਰਪਾ ਉਹਨਾਂ ਨੇ ਕਿ ਨਾਰੇ ਲਾਏ ਫਿਰ ਉਹਨਾਂ ਨੇ ਸਾਡੇ ਜਾਣੀ ਜਦੋਂ ਨਾਰੇ ਲਾਏ ਸਾਡੇ ਹੌਸਲੇ ਜਿਹੜੇ ਬੁਲੰਦ ਹੋ ਗਏ ਹੋਰ ਕਿ ਚਲੋ ਸਾਡੇ ਮਗਰ ਹੈਗੇ ਆ ਜੀ ਤੁਰਨ ਵਾਲੇ ਸੰਯੁਕਤ ਮੋਰਚੇ ਨੇ ਜਿਹੜਾ ਰੋਲ ਅਦਾ ਕੀਤਾ ਤੁਹਾਡੇ ਪ੍ਰਤੀ ਤੁਹਾਨੂੰ ਸੁਣਾ ਕੇ ਜਿਹੜਾ ਇੱਥੇ ਤੱਕ ਲੈ ਕੇ ਆਉਂਦਾ ਸੰਤੋਖ ਸਾਰੀ ਜਾਣਕਾਰੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੁਹਾਡੇ ਨਾਲ ਕੁਝ ਹੋਰ ਸਾਨੂੰ ਜਦੋਂ ਮੈਂ ਕਰਨ ਵਾਪਰਿਆ ਜਦੋਂ ਸਾਡਾ ਪਰਚਾ ਕੱਢ ਕੇ ਕੋਰਟ 'ਚ ਪੇਸ਼ ਕਰਕੇ ਅਤੇ ਡਾਕਟਰੀ ਉਹਨਾਂ ਨੇ ਕਰਾਈ ਗੂਠੇ ਲਾ ਕੇ ਬੰਦੇ ਨੂੰ ਸਾਈਡ 'ਤੇ ਕਰਕੇ ਅਤੇ ਗੂਠੇ ਲਵਾ ਕੇ ਬਾਹਰ ਕੱਢੀ ਗਏ ਕੋਈ ਪੁੱਛ ਗਿਛ ਨਹੀਂ ਸਾਡੀ ਕੋਈ ਸੱਟ ਲੱਗੀ ਜਾਂ ਕਿੱਦਾਂ ਨਹੀਂ ਕੋਈ ਪੁੱਛਿਆ ਕਿਛ ਅਤੇ ਹਾਂਜੀ ਬਾਅਦ ਜਦੋਂ ਅਸੀਂ ਇੱਥੇ ਜੇਲ੍ਹ ਦੇ ਅੰਦਰ ਡਿਊਟੀ ਗਏ ਹਾਂ ਹਾਂਜੀ ਸਾਨੂੰ ਆਉਂਦੇ ਜੀ ਤੁਹਾਨੂੰ ਬਾਹਰੋਂ ਫੰਡ ਆਉਂਦਾ ਵਾ ਤੁਸੀਂ ਪੈਸੇ ਖਾਈ ਜਾਂਦੇ ਜੀ ਤੁਸੀਂ ਇਤਨਾ ਵਾ ਤੁਸੀਂ ਇਤਨਾ ਜੀ ਬਥੇਰੇ ਉੱਥੇ ਅੰਦਰ ਮੁਲਾਜ਼ਮ ਜਿਹੜੇ ਬੜੇ ਸਾਡੇ ਨਾਲ ਔਖੇ ਸੀ ਕੋਈ ਚੰਗਾ ਵੀ ਨਜ਼ਰ ਆਇਆ ਮੁਲਾਜ਼ਮ ਜਿਹਦੇ ਰਾਹੀਂ ਤੁਸੀਂ ਕਹਿਣਾ ਚਾਹੁੰਦੇ ਹੋ ਵਧੀਆ ਬੰਦਾ ਵੀ ਸੀਗਾ ਹਾਂਜੀ ਹਾਂਜੀ ਬਹੁਤ ਵਧੀਆ ਵਿੱਚ ਹੈਗੇ ਸੀ ਕੋਈ ਸਾਡੇ ਨਾਲ ਸਹਿਮਤ ਵੀ ਹੈਗੇ ਸੀ ਕੋਈ ਸਾਡੇ ਵਰਖਿਲਾਫ ਵੀ ਹੈਗੇ ਸੀ ਹਾਂਜੀ ਹੋਰ ਵੀਰੋ ਕੁਛ ਕਹਿਣਾ ਚਾਹੁੰਦੇ ਹੋ ਬਾਕੀ ਆ ਵੀਰ ਮੇਰਾ ਜਿਹਨੇ ਮੇਰੀ ਜ਼ਬਾਨ ਤੇ ਦਿੱਤੀ ਆ ਮੇਰੇ ਮੈਂ ਤੈਨੂੰ ਜਾਣਦਾ ਵੀ ਨਹੀਂ ਸਾਂ ਵੀਰ ਆ ਵੀਰ ਮੇਰਾ ਜੀ ਤੇ ਇਹਨਾਂ ਮੈਨੂੰ ਜ਼ਬਾਨ ਦੇ ਕੇ ਇਹਨਾਂ ਮੈਨੂੰ ਬਾਹਰ ਕਢਾਏ ਇੱਕ ਦੂਜੇ ਨੂੰ ਜਾਣਦੇ ਹਨ ਪਰ ਹੈ ਮੇਰੇ ਇਲਾਕੇ ਦੇ ਲਾਗੇ ਬੰਨੇ ਤੇ ਮੇਰੇ ਤੋਂ ਅਗਰ 20 ਕਿਲੋਮੀਟਰ ਦੀ ਦੂਰੀ ਤੇ ਹੋਊਗਾ ਜੀ ਪਰ ਇੱਕ ਦੂਜੇ ਨੂੰ ਹੀ ਵੇਖਿਆ ਵੀ ਨਹੀਂ ਅੱਗੇ ਕਰ ਦਿਓ ਪੈਸੇ ਦੀ ਜ਼ਮਾਨਤ ਜਿਹੜੀ ਪੂਰੇ ਆ ਜਾਣਾ ਅੱਗੇ ਕਰ ਦਿਓ ਇਹ ਭਾਈ 50,000 ਦੀ ਇੱਕ ਜਣੇ ਦੀ ਪਰ ਅੱਗੇ ਕਰ ਦਿਓ ਉਹ ਸਾਰਾ ਪ੍ਰਬੰਧ ਜਿਹੜਾ ਹੈਗਾ ਉਹ ਦਿੱਲੀ ਕਮੇਟੀ ਨੇ ਕੀਤਾ ਹਾਂ ਦਿੱਲੀ ਕਮੇਟੀ ਨੇ ਕੀਤਾ ਤੁਸੀਂ ਜਣੇ ਕਿ ਮੂਰੇ ਹੋ ਕੇ ਚੱਲੇ ਹਾਂ ਮੂਰੇ ਹੋ ਕੇ ਚੱਲੇ ਹਾਂ ਬਸ ਦਿੱਲੀ ਕਮੇਟੀ ਵਾਲਿਆਂ ਨੂੰ ਤੁਸੀਂ ਕਿਸ ਤਰ੍ਹਾਂ ਜਾਣਦੇ ਹੋ ਬਹੁਤ ਵਧੀਆ ਉਹਨਾਂ ਬਹੁਤ ਧੰਨਵਾਦੀ ਕਰਦੇ ਹਾਂ ਅਸੀਂ ਕਿ ਉਹਨਾਂ ਨੇ ਬਹੁਤ ਸਾਡੀ ਮਦਦ ਕੀਤੀ ਇਹਨਾਂ ਦੀ ਹੋਰ ਵੀਰੇ ਕੋਈ ਤੁਹਾਡੇ ਮਨ 'ਚ ਗੱਲ ਹੋਵੇ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ ਹਾਂ ਬੈਠੇ ਨੇ ਆਪਣੇ ਚਾਚੇ ਜੀ ਖੜੇ ਨੇ ਹੁਣ ਤੁਸੀਂ ਅਸੀਂ ਤਾਂ ਇਹੋ ਗੱਲ ਕਹਿਣਾ ਚਾਹੀਦੀ ਜਿਹੜੇ ਪੁਲਿਸ ਵਾਲਿਆਂ ਨੇ ਸਾਨੂੰ ਕੁੱਟਮਾਰ ਕੀਤੀ ਹੈਗੀ ਉਹਨਾਂ ਦੀ ਕਾਰਵਾਈ ਕੀਤੀ ਹੈ ਨੰਬਰਦਾਰ ਨੂੰ ਕਹਿੰਦੇ ਹਾਂਜੀ ਆਪਣੇ ਘਰਦਿਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਉਹ ਕਰਦੇ ਤੇ ਨਹੀਂ ਨਾਰਾਜ਼ ਤੁਹਾਡੇ ਨਾਲ ਨਹੀਂ ਜੀ ਸਾਡੇ ਘਰਦਿਆਂ ਨੂੰ ਖੁਸ਼ ਨਹੀਂ ਆ ਖੜੇ ਨਹੀਂ ਆਪਣੇ ਘਰ ਦੇ ਜੀ 15-20 ਦਿਨਾਂ ਬਾਅਦ ਘਰ ਦੇ ਚੜ੍ਹਦੀ ਕਲਾ 'ਚ ਜੀ ਬਿਲਕੁਲ ਐਂ ਵਧੀਆ ਐਂ ਸਹੀ ਸਲਾਮ ਬਿਗ ਭਰਾਏ ਤੇ ਨਹੀਂ 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 ਬਾਪ ਨਹੀਂ ਆਪਣੇ ਘਬਰਾਉਣ ਵਾਲੇ ਤਾਂ ਹੈ ਨਹੀਂ ਜੀ ਬਾਕੀ 3 ਮੁੰਡੇ ਇਹਨਾਂ ਨਾਲ ਦੇ ਆਏ ਨੇ ਉਹ ਦੱਸ ਰਹੇ ਸੀਗੇ ਉਹਨਾਂ ਨੂੰ ਇੱਥੋਂ ਤੱਕ ਟੌਰਚਰ ਕੀਤਾ ਹੈ ਕਿ ਤੁਸੀਂ ਉਹ ਕਿਸਾਨ ਹਾਂਜੀ ਤੇ ਨਹੀਂ ਜਾਣਾ ਸਾਨੂੰ ਖੁਦ ਉਹ ਆਂਦੇ ਰਹੇ ਆ ਅਸੀਂ ਜੇ ਤਾਂ ਮਿਲੇ ਉਹਨਾਂ ਦੇ 1 ਮਹੀਨੇ ਬਾਅਦ ਵੀ ਲੱਤਾਂ ਬਾਹਾਂ ਦੇ ਨਹੀਂ ਪਏ ਪੈ ਸੀ ਇਦਾਂ ਦਾ ਉਹ ਮੈਡੀਕਲ ਕਰਾਉਣ ਕੀਤਾ ਗਿਆ ਉਹਨੂੰ ਬਹੁਤ ਕੁੱਟਿਆ ਰਾਤੀ ਜਿਹੜਾ ਜਦੋਂ ਦਿਖਾਇਆ ਉਹਨੇ ਉਹ ਕਹਿੰਦੇ ਵੀ ਤੁਹਾਡੇ
ਗਾਹਾਂ ਦੋ ਤਿੰਨ ਪੀੜ੍ਹੀਆਂ ਨੇ ਕਿਸੇ ਧਰਨੇ 'ਚ ਨਹੀਂ ਜਾਣਾ ਹੈਗਾ ਸਾਨੂੰ ਇੱਥੋਂ ਤੱਕ ਕਿ ਮੰਨ ਲਓ ਕਿ ਤੁਸੀਂ ਧਰਨੇ ਦੇ ਵਿੱਚ ਨਹੀਂ ਹੁਣ ਜਾ ਸਕਦੇ ਤੁਸੀਂ ਸਿੱਧਾ ਆਪਦੇ ਪਿੰਡ ਜਾਣਾ ਧਰਨੇ 'ਚ ਨਾ ਜਾਇਓ ਗਾਹਾਂ ਫਿਰ ਫੜੇਗਾ ਇਹੋ ਜਿਹੀਆਂ ਧਾਰਾਂ ਲਗਾਵਾਂਗੇ ਨਾ ਕਿ ਸਾਰੀ ਉਮਰ ਤੁਸੀਂ ਬਾਹਰ ਨਹੀਂ ਆ ਸਕਦੇ।